ਸਹੇਲੀਆਂ ਹੀ ਇਹੀ ਸਾਰਾ ਕੁਛ ਆ, ਇਹੀ ਸਾਡੇ ਯਾਰ ਬੇਲੀ ਸਾਰਾ ਕੁਛ ਇਹੀ ਹੈ। ਹਾਂ ਸਾਨੂੰ ਇਹਦੇ ਨਾਲ ਜ਼ਿਆਦਾ ਵਧੀਆ ਬਾਬੇ ਸਹੇਲੀ ਦੇ ਛੱਡ ਕੇ ਪਰਾਂ ਜਾਂਦੀਆਂ ਨੇ ਵੀ। ਸਾਨੂੰ ਬਹੁਤ ਮਾਣ ਆ ਦਲਜੀਤ ਦੁਸਾਂਝ ਜੀ, ਅਤੇ ਤੁਸੀਂ ਸਾਡਾ ਨਾਮ ਰੋਸ਼ਨ ਕਰਦੇ ਸੀ ਤੱਕ ਕਰਦੇ ਰਹੋ ਅਤੇ ਸਦਾ ਜਾਂਦੇ ਵਸਦੇ ਰਹੋ। ਵਿਆਹ ਕਰਾਉਣਾ ਤੁਹਾਡੇ ਕੋਲੋਂ ਫਾਈਨਲ ਪੱਕਾ ਹੀ ਆ? ਫਾਈਨਲ? ਹਾਂ ਪਿਆਰ ਬਹੁਤ ਜ਼ਿਆਦਾ ਕਰਦੇ, ਬਹੁਤ ਜ਼ਿਆਦਾ, ਕਿੰਨਾ ਹੱਦੋਂ ਵੱਧ। ਇਹ ਸਿਰਫ ਕੈਮਰੇ 'ਚ ਕਹਿ ਰਹੇ ਨੇ, ਊਂ ਅਸੀਂ ਬਹਿ ਕੇ ਗੱਲਾਂ ਗੁੱਲਾਂ ਕਰਦੇ ਹੁੰਦੇ ਨਾ, ਉਦੋਂ ਨਹੀਂ ਇਹ, ਉਦੋਂ ਕਹਿੰਦਾ ਯਾਰ ਸਿਆਪਾ ਹੀ ਗੱਲ ਪਾਇਆ ਹੋਇਆ ਸੀ। ਇਹ ਹੁੰਦੀ ਆ ਯਾਰੀ, ਮਾੜੇ ਟਾਈਮ 'ਤੇ ਖੜਨ ਵਾਲਾ ਯਾਰ ਹੁੰਦਾ ਵੀਰੇ। ਮੈਂ ਬਹੁਤ ਕੁਛ ਦੇਖਿਆ, ਜਿੱਥੇ ਤੁਸੀਂ ਬੈਠੇ ਹੋਏ ਮੇਰੀ ਦੁਕਾਨ ਸੀਗੀ ਪਹਿਲਾਂ, ਮੇਰੀ 20,000 ਰੁਪਏ ਸੇਲ ਸੀਗੀ, ਯਾਰੀ ਪਿੱਛੇ ਸਾਰਾ ਕੁਛ ਖਤਮ ਹੋ ਗਿਆ। ਜੇ ਰੱਬ ਕੋਈ ਤੁਹਾਨੂੰ ਇੱਦਾਂ ਦੀ ਚੋਇਸ ਦੇਵੇ ਵੀ ਜਿਹੜੀ ਤੁਸੀਂ ਇੱਕ ਗੱਲ ਕਹੋਗੇ ਵੀ ਉਹ ਪੂਰੀ ਕਰ ਦੇਣਗੇ ਤੁਹਾਡੀ, ਕੀ ਵਿਸ਼ ਹੋਏਗੀ ਤੁਹਾਡੀ? ਮਾਂ ਪਿਓ ਦੀ ਲੰਬੀ ਉਮਰ ਵੀਰੇ। ਇੱਕ ਦੂਜੇ 'ਤੇ ਇਤਬਾਰ ਜੇ ਕਰਦੇ, ਥੋੜ੍ਹਾ ਜਿਹਾ ਪਿਆਰ ਜੇ ਕਰਦੇ, ਮਹਿਫਲ ਠੁਕਰਾਈ ਜਾਣੀ ਨਹੀਂ ਸੀ, ਥੋੜ੍ਹਾ ਜਿਹਾ ਇਜ਼ਹਾਰ ਜੇ ਕਰਦੇ। ਕਹਿੰਦਾ ਕੋਈ ਕਿੰਨਾ ਵੀ ਖੂਬਸੂਰਤ ਹੋਵੇ, ਕੋਈ ਕਿੰਨਾ ਵੀ ਖੂਬਸੂਰਤ ਹੋਵੇ, ਹਾਂ ਤਾਂ ਕਰਦੇ, ਕੋਈ ਕਿੰਨਾ ਵੀ ਖੂਬਸੂਰਤ ਹੋਵੇ ਪਰ ਤੇਰੇ ਤੋਂ ਵੱਧ ਨਹੀਂ ਹੋ ਸਕਦਾ। ਕਹਿੰਦਾ ਜਦੋਂ ਦੋਗਲੇ ਬੰਦੇ ਦਾ ਚਿਹਰਾ ਅੱਗੇ ਆਉਂਦਾ ਨਾ, ਜਦੋਂ ਦੋਗਲੇ ਬੰਦੇ ਦਾ ਚਿਹਰਾ ਅੱਗੇ ਆਉਂਦਾ, ਸਭ ਤੋਂ ਪਹਿਲਾਂ ਆਪਣੇ ਆਪ 'ਤੇ ਗੁੱਸਾ ਆਉਂਦਾ ਵੀ ਕਿਹੋ ਜਿਹੇ ਫੁੱਦੂ ਬੰਦੇ 'ਤੇ ਭਰੋਸਾ ਕੀਤਾ। ਹੁਣ ਮੈਨੂੰ ਹੁਣ ਚੁੱਪ ਹੋ ਲੈਣ ਦੇ, ਖਿਆਲਾਂ ਦੇ ਵਿੱਚ ਖੋ ਲੈਣ ਦੇ, ਗਮ ਤੇਰੇ ਛੱਡ ਜਾਣ ਦਾ ਬਹੁਤ ਸਤਾਉਂਦਾ ਏ, ਮੈਨੂੰ ਸੱਦਰਾਂ ਵਾਲਾ ਲੀੜਾ ਹੰਝੂਆਂ ਦੇ ਨਾਲ ਧੋ ਲੈਣ ਦੇ। ਮੈਨੂੰ ਕਹਿੰਦੀ ਜੇ ਇਸ ਵਾਰ ਮਿਲੇ ਕੋਈ ਚੀਜ਼ ਦੇ ਕੇ ਜਾਈ, ਮੈਂ ਪਾ ਕੇ ਸੋਇਆ ਕਰੂੰ, ਕੋਈ ਕਮੀਜ਼ ਦੇ ਕੇ ਜਾਈ। ਤੇਰੇ ਆਸ਼ਕਾਂ ਮਿੱਠੀਏ, ਤੈਨੂੰ ਭੁੱਲ ਤੇ ਨਹੀਂ ਸਕਦੇ, ਤੂੰ ਚਾਹ ਲਈ ਜਿਹਨੂੰ ਮਰਜ਼ੀ, ਅਸੀਂ ਹੋਰ ਤੇ ਡੁੱਲ ਤੇ ਨਹੀਂ ਸਕਦੇ। ਕਹਿੰਦਾ ਜ਼ਿੰਦਗੀ ਆ ਮੇਰੀ ਜਾਨ, ਦੁੱਖ ਤਾਂ ਆਉਣਗੇ, ਮਾਂ ਥੋੜ੍ਹੀ ਆ ਕਿ ਹਰ ਵੇਲੇ ਸੁੱਖੀ ਦੇਈ ਜਾਵੇ। ਹਾਂਜੀ, ਕਿੱਦਾਂ, ਠੀਕ ਠਾਕ ਹੋ? ਆਊਟਰੂਟ ਗੇੜੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਫੇਸ 2 ਦੀ ਮਾਰਕੀਟ ਦੇ ਵਿੱਚ, ਜਿੱਥੇ ਯਾਰ ਬੇਲੀ ਖੜ੍ਹੇ ਹੋਏ ਨੇ। ਆਓ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਗੇੜੀ ਰੂਟ ਦੇ ਉੱਤੇ। ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਕਿਵੇਂ, ਠੀਕ ਹੋ? ਗੇੜੀ ਰੂਟ ਵਾਲੇ ਨੂੰ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਬਹੁਤ ਵਧੀਆ ਜੀ, ਬਹੁਤ ਵਧੀਆ। ਬਾਈ ਕੀ ਕਰਦੇ, ਕੀ ਯਾਰ ਬੇਲੀ ਹੋ ਸਾਰੇ? ਵੀ ਕੇਰਾਂ ਤਾਂ ਫਿਲਹਾਲ ਤਾਂ ਅਸੀਂ ਕੁਆਲਿਟੀ ਟਾਈਮ ਸਪੈਂਡ ਕਰੀ ਜਾਂਦੇ ਹਾਂ। ਅੱਜ ਵਿਹਲੇ ਸੀ, ਯੂਨੀਵਰਸਿਟੀ ਛੁੱਟੀ ਸੀਗੀ, ਫ੍ਰੀ ਸੀਗੇ, ਅਤੇ ਅੱਜ ਅਸੀਂ ਘੁੰਮਦੇ ਫਿਰਦੇ ਹਾਂ, ਗੇੜੀ ਗੁੜੀ ਲਾਈ ਜਾਂਦੇ ਹਾਂ, ਵਿਹਲੇ ਹਾਂ ਕਿਰਨ ਦਾ। ਅੱਜ ਕੁਆਲਿਟੀ ਟਾਈਮ 'ਤੇ ਕਹਿੰਦੇ ਯਾਰ ਜਿਹੜੇ ਹੁੰਦੇ ਨੇ ਉਹ ਸਹੇਲੀਆਂ ਦੇ ਨਾਲ ਹੁੰਦੇ ਨੇ ਕੁਆਲਿਟੀ ਟਾਈਮ। ਸਾਡੀਆਂ ਆਹੀ ਸਹੇਲੀਆਂ ਹੀ, ਇਹੀ ਸਾਰਾ ਕੁਛ ਆ, ਇਹੀ ਸਾਡੇ ਯਾਰ ਬੇਲੀ ਸਾਰਾ ਕੁਛ ਇਹੀ ਹੈ। ਹਾਂ ਸਾਨੂੰ ਇਹਦੇ ਨਾਲ ਜ਼ਿਆਦਾ ਵਧੀਆ ਬਾਬੇ ਸਹੇਲੀ ਦੇ ਛੱਡ ਕੇ ਪਰਾਂ ਜਾਂਦੀਆਂ ਨੇ। ਹੋਰ ਨਾ ਬਾਬਾ ਜੀ ਤੁਹਾਡਾ ਜੀ? ਮੇਰਾ ਸੋਢੀ ਬਾਬੇ। ਅੱਛਾ, ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਲੋਕਲੀ ਹਾਂ, ਮੇਰੇ ਪਟਿਆਲੇ ਤੋਂ। ਅੱਛਾ, ਕਿੰਨਾ ਕੁ ਸਾਲ ਹੋ ਗਿਆ ਫਿਰ ਬਾਈ ਸਹੇਲੀ ਨਹੀਂ ਕੋਈ ਬਣੀ? ਸਹੇਲੀਆਂ ਤਾਂ ਬਥੇਰੀਆਂ ਨੇ ਬਾਈ, ਛੱਡ ਛੁੱਟ ਜਾਂਦੀਆਂ, ਬਸ ਸਾਹ ਹੋ ਜਾਏ ਹੈ ਹੀ ਨਹੀਂ ਸਹੇਲੀਆਂ ਦਾ ਤਾਂ। ਹਾਂ, ਵੈਸੇ ਕੰਮ ਕੀ ਕਰਦੇ ਹੋ ਬਾਈ? ਮੈਂ ਵੀਰੇ ਜਿਮ 'ਚ ਟ੍ਰੇਨਰ ਆ, ਇੱਥੇ ਆਪਣਾ ਫਿਟਨੈਸ ਸਿਟੀ 'ਚ। ਸਾਡੇ ਕੋਚ ਸਾਹਿਬ ਹੈ, ਸਾਡੇ ਨਾਲ ਲਾ ਕੇ ਦੇਖ ਮਾੜਾ, ਝੱਟ ਜੀ ਫਿਰ ਲੱਗ ਜੂ ਪਤਾ ਕੋਚ ਸਾਹਿਬ ਉਹ ਥੂ ਵਾਲੇ ਕਿਹੜੇ ਨੇ ਤੇ ਆਪਣੇ ਵਾਲੇ ਕਿਹੜੇ ਨੇ। ਵਧੀਆ ਸਰੀਰ ਮੇਰਾ ਦੇਖੋ ਤੁਸੀਂ, ਬਿਨਾਂ ਕਾਹਨੂੰ ਭਿੜਨ ਨੂੰ ਫਿਰਦੇ ਜੇ? ਇਹ ਤਾਂ ਗੱਲ ਆ ਕਹਿਣ ਦੀ ਇੱਕ। ਘਰਦਿਆਂ ਦੇ ਨਾਲ ਕਿੰਨਾ ਕੁ ਪਿਆਰ ਆ ਬਾਈ? ਘਰਦਿਆਂ ਨਾਲ ਬਹੁਤ ਪਿਆਰ ਆ ਬਾਪੀ, ਬਹੁਤ ਜ਼ਿਆਦਾ ਪਿਆਰ ਆ। ਘਰਦੇ ਹੀ ਕੰਮ ਆਉਂਦੇ ਨੇ, ਹੋਰ ਤਾਂ ਕਿਹਨੇ ਕੰਮ ਆਉਣਾ। ਪੰਜਾਬ ਨਾਲ ਵੀ ਬਹੁਤ ਪਿਆਰ ਆ ਬਾਈ, ਪੰਜਾਬ ਛੱਡਣ ਨੂੰ ਜੀ ਨਹੀਂ ਕਰਦਾ, ਜਾਈ ਤਾਂ ਜਾਂਦੇ ਨੇ। ਤਾਈਆਂ ਤਾਂ ਬਾਹਰ ਨਹੀਂ ਗਏ ਬਾਈ, ਇੱਥੇ ਫਿਰਦੇ ਆ, ਇੱਥੇ ਸਾਰਾ ਕੁਛ ਹੈ। ਆਈਲਸ ਨਹੀਂ ਕੀਤੀ ਤੁਸੀਂ ਸਾਰਿਆਂ ਨੇ ਬਾਈ? ਬਾਈ ਆਪਣੇ ਤਾਂ 4.5 ਇਵੈਂਟ ਵਾਲੀ ਆਪਾਂ ਤਾਂ ਸਾਰੀ। ਹਾਂਜੀ, ਨਹੀਂ ਬਈ ਮੈਂ ਨਹੀਂ ਟਰਾਈ ਕੀਤਾ ਜੀ ਨਾ ਜੀ। ਕਿਵੇਂ ਬਈ ਲੱਗਿਆ ਨਹੀਂ ਕਰਦਾ ਛੱਡਣ ਨੂੰ, ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ?
ਤੇ ਜ਼ਰੂਰ ਤੁਸੀਂ ਪਹਿਲਾਂ ਤੁਸੀਂ ਪਹੁੰਚਣਾ ਅਤੇ ਆਪਾਂ ਲਾਵਾਂਗੇ ਰੌਣਕ ਇੱਥੇ ਭਾਈ ਤੁਹਾਡੇ ਪਿੱਛੇ ਖੜ ਕੇ ਪ੍ਰਮੋਸ਼ਨ ਕਰੀ ਜਾਂਦੇ ਅੱਗੇ ਆ ਜਾਓ ਪੀ ਜੀ ਆ ਜੀ ਇਹ ਥੋੜ੍ਹੇ ਜਿਹੇ ਬੰਦੇ ਹੈਗੇ ਆ ਪੰਜਾਬ ਪੁਲਿਸ ਵਾਲੇ ਆ ਇਹਨਾਂ ਨਾਲ ਵਾਹ ਪਿਆ ਵੀ ਮਾੜਾ ਅਤੇ ਯਾਰੀ ਵੀ ਕਹਿੰਦੇ ਮਾੜੀ ਹੁੰਦੀ ਦੋਸਤੀ ਵੀ ਮਾੜੀ ਹੁੰਦੀ ਆ ਪਿੱਛੇ ਰਿਹਾ ਠੀਕ ਹੈ ਇਹ ਕਿੰਨਾ ਕੁ ਪੁਰਾਣੇ ਯਾਰ ਬੇਲੀ ਨੇ ਤੁਹਾਡੇ ਇਹ ਸਾਡੇ ਜੀ ਦਸ ਮੇਰੇ ਕਲਾਸ ਆਪਣੇ ਸਕੂਲਮੇਟ ਹੈ ਅਤੇ ਦਸ ਸਾਲ ਤੋਂ ਸਾਡੇ ਅਸੀਂ ਇਕੱਠੀ ਹੈ ਅਤੇ ਹੁਣ ਵੀ ਇਕੱਠੀ ਹੈ ਬਾਈ ਸਾਰੇ ਘੱਟ ਕਿਉਂ ਬੋਲਦੇ ਤੁਸੀਂ ਜ਼ਿਆਦਾ ਬੋਲਦੇ ਹੁੰਦਾ ਵਧੀਆ ਮਾਲ ਪੱਤਾ ਜੀ ਮਹਾਰਾਜ ਦੀ ਕਿਰਪਾ ਜੀ ਚੰਗੇ ਕੰਮਾਂ ਵੱਲ ਵੀ ਆਪਾਂ ਖਾਂਦੇ ਪੀਂਦੇ ਤੇ ਕੀ ਹੈ ਤੁਸੀਂ ਜਿੱਦਾਂ ਦਾ ਤੁਹਾਡਾ ਸਰੀਰ ਆ ਤੁਸੀਂ ਹੈਲਦੀ ਫੁਲਦੀ ਖਾਂਦੇ ਹੋ ਬਾਈ ਘਰੋਂ ਰੋਟੀ ਰੋਟੀ ਵੀ ਗੱਲ ਕਰ ਸਕਦੇ ਜ਼ਰੂਰੀ ਥੋੜੀ ਆ ਮਾਲ ਪੱਤੇ ਦੇ ਜਾਣਾ ਆਪਾਂ ਲੋਕ ਅੱਜ ਕੱਲ੍ਹ ਸਮਝਦੇ ਹੀ ਉਹੀ ਨੇ ਨਾ ਚੀਜ਼ਾਂ ਨੂੰ ਵੀ ਖਾਂਦੇ ਪੀਂਦਾ ਉਹੀ ਲੈ ਆਪਣੀ ਥਿੰਕਿੰਗ ਉਸ ਹਿਸਾਬ ਦੀ ਹੋ ਰੱਖੀ ਆ ਵੀ ਜੇ ਆਪਾਂ ਕਹੀ ਤਾਂ ਖਾ ਲਿਆ ਪੀ ਲਿਆ ਤਾਂ ਜ਼ਰੂਰ ਸਾਰੇ ਜਾਂਦੇ ਹੀ ਉੱਧਰ ਨੂੰ ਨੇ ਖਾ ਲਿਆ ਪੀ ਲਿਆ ਵੱਲ ਲਿਖਣ ਗਾਉਣ ਵਾਲਾ ਹੈਗਾ ਕੋਈ ਤੁਹਾਡੇ ਲਿਖਣ ਗਾਉਣ ਵਾਲਾ ਜੀ ਉਹਨਾਂ ਦਾ ਉਹ ਜਿਹੜੇ ਹੈਗੇ ਆ ਪੰਜਾਬ ਪੁਲਿਸ ਵਾਲੇ ਸਾਡੇ ਉਹਨਾਂ ਦਾ ਸਟੂਡੀਓ ਆ ਅਤੇ ਇੱਕ ਸਾਡਾ ਬੰਦਾ ਆਇਆ ਨਹੀਂ ਅਤੇ ਉਹ ਹੈਗਾ ਪੂਰਾ ਉਹ ਅੱਜ ਐਕਚੁਅਲੀ ਉਹ ਜਾਵੜਿਆ ਪਿੰਡ ਵਾਪ ਉਹਨੂੰ ਸੀਗਾ ਉਹਨਾਂ ਦਾ ਹੈਗਾ ਜਿਮੀ ਚਿਮਾ ਕਹਿੰਦੇ ਉਹਨੂੰ ਕਹਿ ਦੋ ਇੱਕ ਵਾਰ ਵੀ ਅੱਜ ਤੂੰ ਐਡਾ ਵੱਡਾ ਸ਼ੋਅ ਮਿਸ ਕਰਤਾ ਭਾਈ ਤੂੰ ਕਰਤਾ ਮਿਸ ਸ਼ੋਅ ਅਤੇ ਹੁਣ ਨੈਕਸਟ ਟਾਈਮ ਆਏ ਹੋਣਗੇ ਬਾਈ 18 ਨੂੰ ਅਤੇ ਆਪਾਂ ਉਦੋਂ ਰੌਣਕਾਂ ਲਾਉਣੀਆਂ ਜ਼ਰੂਰ ਪਹੁੰਚਣਾ ਤੁਸੀਂ 18 ਨੂੰ ਹਾਂਜੀ 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 ਇਹ ਬਾਈ ਕੌਣ ਨੇ ਜੀ ਇਹ ਮੇਰੇ ਬ੍ਰਦਰ ਹੈ ਚਾਚਾ ਜੀ ਦੇ ਬੇਟੇ ਆ ਜੀ ਫਿਰ ਨਾਲ ਆ ਜਾਓ ਜੀ ਆ ਜਾਓ ਅੱਛਾ ਇੱਕ ਗਾਣਾ ਸੀ ਆ ਗੁਲਾਬ ਸਿੱਧੂ ਦਾ ਕਹਿੰਦਾ ਸੁੱਖ ਨਾ ਬਥੇਰੇ ਪੁੱਤ ਚਾਚੇ ਤਾਇਆਂ ਦੇ ਨਾ ਲੋੜ ਪਈ ਬੰਦੇ ਬਾਹਰੋਂ ਮਗੋ ਉਹੀ ਆ ਜੀ ਬਹੁਤ ਪਿਆਰ ਆ ਜੀ ਪਿਆਰ ਤਾਂ ਵਾਧੂ ਆ ਜੀ ਸਕੇ ਭਰਾਵਾਂ ਨੇ ਵੱਧ ਕੇ ਜੀ ਹਾਂਜੀ ਹਾਂਜੀ ਵੱਡੇ ਭਰਾ ਨੇ ਤਾਇਆ ਜੀ ਮੁੰਡੇ ਜੀ ਵੱਡੇ ਭਾਈ ਦੇ ਕਦੇ ਕੋਈ ਇੱਦਾਂ ਦੀ ਸ਼ਰਾਰਤ ਚਿੱਤੇ ਆਈ ਹੋਵੇ ਜਾਂ ਤੁਹਾਡੀ ਕੋਈ ਇੱਦਾਂ ਦੀ ਸ਼ਰਾਰਤ ਹੋਵੇ ਕਦੇ ਕਿਤੇ ਕੋਈ ਫਸ ਗਏ ਹੋਵੋ ਅਤੇ ਸਹੇਲੀ ਇਮੈਜਿਨ ਕਰੋ ਸਹੇਲੀ ਨਾਲ ਜਾ ਰਹੇ ਹੋ ਅਤੇ ਸਾਹਮਣੇ ਬਾਪੂ ਆ ਰਿਹਾ ਫਿਰ ਵੱਡਾ ਭਾਈ ਚੇਤੇ ਆ ਗਿਆ ਵੱਡੇ ਭਾਈ ਨੂੰ ਹੁਣ ਕੀ ਕਹੋਗੇ ਮੈਨੂੰ ਬਚਾ ਲਾ ਨਹੀਂ ਤੇ ਅੱਜ ਕੁੱਟ ਬੜੀ ਵੱਡੇ ਭਾਈ ਨੂੰ ਮੈਂ ਬਾਬਾ ਵਾਰੇ ਬਚਾਇਆ ਜੀ ਮਿੰਟ ਤਾਂ ਨਹੀਂ ਕਿਤੇ ਬਚਾਇਆ ਨੇ ਕਿਉਂਕਿ ਛੋਟਾ ਨਾ ਵੱਡੀਆਂ ਹਰਕਤਾਂ ਕਰ ਦਿੰਦਾ ਕੀ ਹਰਕਤ ਕੋਈ ਇੱਦਾਂ ਦੀ ਕੋਈ ਚੇਤੇ ਹੋਵੇ ਕੋਈ ਇੱਦਾਂ ਦੀ ਤੁਹਾਨੂੰ ਸ਼ਰਾਰਤ ਇਹਨਾਂ ਦੀ ਚੇਤੇ ਹੋਵੇ ਜੋ ਤੁਸੀਂ ਦੱਸ ਸਕੋ ਸਾਨੂੰ ਵੀ ਹਾਂ ਵੀ ਉਦੋਂ ਆਹ ਕੰਮ ਬੜਾ ਔਖਾ ਹੋਇਆ ਜੀ ਚੇਤੇ ਤਾਂ ਬਹੁਤ ਕੁਛ ਪਰ ਔਨ ਸਕਰੀਨ ਆਪਾਂ ਕੁਛ ਕਹਿ ਨਹੀਂ ਸਕਦੇ ਤਾਂ ਆਪਾਂ ਸ਼ੇਅਰ ਨਹੀਂ ਕਰ ਸਕਦੇ ਸ਼ਰਾਰਤਾਂ ਫਿਰ ਵੱਡੀਆਂ ਹੀ ਹੁੰਦੀਆਂ ਛੋਟੀਆਂ ਤਾਂ ਹੋਈਆਂ ਨਹੀਂ ਕਦੇ ਬਸ ਦੱਸ ਨਹੀਂ ਸਕਦੇ ਹੁਣ ਜੀ ਤੁਹਾਡੇ ਕਦੇ ਕੋਈ ਦਿਲ ਕੀਤਾ ਸਹੇਲੀ ਬਣਾਉਣ ਦਾ ਸਹੇਲੀਆਂ ਬਣਾਉਣ ਦਾ ਦਿਲ ਤਾਂ ਚੱਲ ਛੱਡ ਯਾਰ ਕਾਹਦੇ ਵਾਸਤੇ ਸੀਗੀ ਬਈ ਹੁਣ ਹੈ ਨਹੀਂ ਪਰ ਛੱਡ ਕੇ ਨਹੀਂ ਕਿਹਾ ਹੋਇਆ ਵੀ ਮਜਬੂਰੀਆਂ ਇਹ ਜਿਹੀਆਂ ਬਣ ਜਾਂਦੀਆਂ ਕੁਛ ਸਹੇਲੀ ਬਾਰੇ ਪੁੱਛਿਆ ਤੁਹਾਡੀ ਅੱਖਾਂ ਹੁਣ ਵੀ ਨਮ ਹੋ ਗਈ ਨਮ ਤਾਂ ਚੱਲ ਕੋਈ ਨੀ ਬਾਈ ਉਹ ਤਾਂ ਫਿਰ ਗਾਂ ਯਾਰ ਰੱਬ ਨੂੰ ਕੀ ਮਨਜ਼ੂਰ ਆ ਆਪਾਂ ਸੋਹਣੇ ਕਰਨਾ ਆਪਾਂ ਹੀ ਕਰ ਸਕਦੇ ਅੱਛਾ
ਅੱਛਾ ਬਈ ਇੱਕ ਗੱਲ ਹੋਰ ਸੀਗੀ ਤੁਹਾਡੇ ਨਾਲ ਵੀ, ਦਲਜੀਤ ਦੋਸਾਂਝ ਦੀਆਂ ਤੁਸੀਂ ਵੀਡੀਓਜ਼ ਦੇਖ ਰਹੇ ਹੋਣੇ ਹੋ ਅੱਜ ਕੱਲ੍ਹ? ਹਾਂਜੀ 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 ਹਾਂਜੀ। ਕਿੰਨਾ ਕੁ ਮਾਣ ਆ ਫਿਰ ਪੰਜਾਬੀ ਮਾਣ ਆ, ਉਹ ਬੰਦਾ ਇਕੱਲਾ ਹੀ ਹੈ ਜਿਹੜਾ ਵੀ ਸਾਨੂੰ ਪੱਗ ਵਾਲਾ ਬੰਦਾ ਇਕੱਲਾ ਹੀ ਜਿਹਦਾ ਕਿੱਥੋਂ ਤੱਕ ਪਹੁੰਚ ਗਿਆ। ਇੱਕ ਮੂਸੇ ਵਾਲਾ ਸੀਗਾ ਅਤੇ ਉਸ ਤੋਂ ਬਾਅਦ ਉਹ ਆ ਜਿਹੜਾ ਸਾਡਾ ਨਾਮ ਰੋਸ਼ਨ ਕਰੀ ਜਾਂਦਾ ਬੰਦਾ। ਦੋਹਾਂ ਭਰਾਵਾਂ ਦੇ ਨਾਲ ਬਹੁਤ ਜ਼ਿਆਦਾ ਜੀ। ਪੂਰਾ ਹਾਂ ਪੰਜਾਬੀਆਂ ਦਾ ਮਾਣ ਤੁਸੀਂ ਉੱਚਾ ਕਰ ਰਹੇ ਹੋ, ਸਾਨੂੰ ਫਖਰ ਆ ਤੁਹਾਡੇ। ਬਈ ਸਾਨੂੰ ਬਹੁਤ ਮਾਣ ਆ ਦਲਜੀਤ ਦੋਸਾਂਝ ਜੀ, ਅਤੇ ਤੁਸੀਂ ਸਾਡਾ ਨਾਮ ਰੋਸ਼ਨ ਕਰਦੇ ਸੀ ਅਤੇ ਕਰਦੇ ਰਹੋ ਅਤੇ ਸਦਾ ਜਾਂਦੇ ਵਸਦੇ ਰਹੋ। ਅੱਛਾ ਬਈ ਯਾਰੀ ਦੋਸਤੀ ਇੱਦਾਂ ਹੀ ਕਾਇਮ ਰੱਖੋ ਬਾਈ। ਯਾਰੀ ਦੋਸਤੀ ਕਾਇਮ ਹੀ ਆ ਜੀ, ਕਾਇਮ ਹੀ ਰਹੂਗੀ। ਮੁਬਾਰਕਾਂ ਤੁਹਾਨੂੰ ਤੁਹਾਡੇ ਨਵੇਂ ਕੰਮ ਦੀ। ਬਹੁਤ ਬਹੁਤ 18 ਨੂੰ ਤੁਸੀਂ ਜ਼ਰੂਰ ਆਉਣਾ ਜੀ ਅਤੇ ਆਪਾਂ ਲਾਵਾਂਗੇ ਇੱਥੇ। ਹਾਂਜੀ ਹਾਂਜੀ ਹਾਂਜੀ, ਮੋਸਟ ਵੈਲਕਮ ਜੀ। ਜਿਹੜਾ ਸਾਡਾ ਨੈਕਸਟ ਐਪੀਸੋਡ ਹੋਏਗਾ ਜੀ ਗੇੜੀ ਰੂਟ ਦਾ, ਉਹ ਸਨੈਕਰ ਵੱਲੋਂ ਸਪੋਂਸਰ ਹੋਏਗਾ। 18 ਤਰੀਕ ਨੂੰ ਆ ਜਾਓ ਤੁਸੀਂ ਵੀ ਸਾਰੇ, ਮੈਂ ਵੀ ਪਹੁੰਚ ਰਿਹਾ ਇੱਥੇ। ਧੰਨਵਾਦ ਬਾਈ। ਅੱਛਾ ਗੇੜੀ ਰੂਟ ਆਪਣੇ ਆਊਟਰੂਟ ਗੇੜੀ ਇੱਕ ਸ਼ੋਅ ਆ ਵੀਰੇ, ਅਤੇ ਤੁਸੀਂ ਜ਼ਰੂਰ ਅਨਾਊਂਸ ਕਰ ਦਿਓ, ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਸਾਡਾ ਸ਼ੋਅ ਦੇਖੋ। ਬਈ ਸਾਰਿਆਂ ਨੂੰ ਬੇਨਤੀ ਆ ਜੀ, ਬੰਦੇ ਹੈਗੇ ਆ ਥੋੜ੍ਹੇ ਜਿਹੇ ਮਨਮੋਜੀ, ਅਤੇ ਜ਼ਰੂਰ ਤੁਸੀਂ ਇਹਨਾਂ ਦਾ ਸ਼ੋਅ ਵਿਜ਼ਿਟ ਕਰਨਾ ਅਤੇ ਇਹਨਾਂ ਨੂੰ ਆਪਣਾ ਕਹਿੰਦੇ ਹੁੰਦੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ। ਕੋਈ ਤੁਹਾਡਾ ਯਾਰ ਬੇਲੀ ਬਾਹਰ ਸੱਤ ਸਮੁੰਦਰੋਂ ਪਾਰ ਬੈਠਾ ਹੋਵੇ, ਕੈਨੇਡਾ ਅਮੈਰੀਕਾ ਜੀ, ਸਾਰੀ ਬਾਹਰ ਜਾ ਵੜੇ ਟੋਟਲੀ ਜਿੰਨੇ ਸੀਗੇ, ਹੁਣ ਤਾਂ ਬਸ ਆਹੀ ਰਹਿ ਗਏ ਦੋ ਤਿੰਨ ਯਾਰ, ਅਤੇ ਬਸ ਆਹੀ ਹੈ ਜੀ। ਹਾਂ ਉਹ ਕਹਿੰਦੇ ਨੇ ਕੈਨੇਡਾ ਸਾਡੇ ਯਾਰ ਖਾ ਗਈ, ਉਹੀ ਚੀਜ਼ ਆ ਜੀ। ਹਾਂ ਸਾਡਾ ਸ਼ੋਅ ਚੱਲਦਾ ਨਾ ਕੈਨੇਡਾ ਦੇ ਵਿੱਚ ਔਨ ਟੀਵੀ ਚੱਲਦਾ ਗਾ ਐਵਰੀ ਸੰਡੇ 5:30 PM। ਓਕੇ ਜੀ, ਐਵਰੀ ਸੰਡੇ ਬਈ ਇਹਨਾਂ ਦਾ ਚੱਲਦਾ ਸ਼ੋਅ ਕੈਨੇਡਾ ਵਿੱਚ ਵੀ ਹੈਗਾ ਨਾ, ਕੈਨੇਡਾ ਆਸਟ੍ਰੇਲੀਆ, ਅਤੇ ਤੁਸੀਂ ਜ਼ਰੂਰ ਦੇਖਣਾ ਵੀਰੇ, ਅਤੇ ਜ਼ਰੂਰ ਇਹਨਾਂ ਨੂੰ ਸ਼ੇਅਰ ਕਰਨਾ ਅਤੇ ਪ੍ਰਮੋਟ ਕਰਨਾ। ਅਤੇ ਓਕੇ ਜੀ, ਥੈਂਕ ਯੂ। ਹਾਂਜੀ ਯਾਰ ਦੋਸਤ ਬੈਠੇ ਹੋਏ ਨੇ, ਇਹਨਾਂ ਨੇ ਮੈਨੂੰ ਸਪੈਸ਼ਲ ਸੱਦਾ ਦਿੱਤਾ, ਕਹਿੰਦੇ ਆਊਟਰੂਟ ਗੇੜੀ ਸਾਡਾ ਵੀ ਸ਼ੋਅ ਬਾਹਲਾ ਫੇਵਰੇਟ ਆ, ਸਾਰੇ ਦੇਖਦੇ ਨੇ ਪਹਿਲਾਂ ਤਾਂ ਦੇਖਦੇ ਹੋ ਨਾ ਬਾਈ? ਭਰਾਵ ਦੇਖਦੇ ਆ, ਪੱਕਾ ਦੇਖਦੇ ਆ। ਕਿਵੇਂ ਦਾ ਲੱਗਦਾ? ਵਧੀਆ ਲੱਗਦੇ ਹਨ, ਬਹੁਤ ਵਧੀਆ। ਸਿਰਾ ਬਾਈ ਆਣ ਸਿਰਾ ਘੈਂਟਾ ਪੂਰਾ ਕੰਮ। ਅੱਛਾ ਪਹਿਲਾਂ ਤਾਂ ਮੈਨੂੰ ਨਾਂ ਦੱਸ ਦਿਓ, ਤੁਹਾਡੇ ਕੀ ਨਾਮ ਨੇ? ਮੇਰਾ ਨਾਮ ਜੇ ਦੀਪ ਖਰੋੜ। ਮੇਰਾ ਬਿੰਦੂ। ਜੋਤ ਭੰਗੂ ਬਾਈ। ਗੁਰਦੀਪ ਸਿੰਘ ਜੀ। ਗੁਰਦੀਪ ਸਿੰਘ ਤੁਹਾਡਾ ਭਰਾ? ਮੇਰਾ ਪ੍ਰੀਤ ਹੈ ਵੀਰੇ। ਅੱਛਾ ਪ੍ਰੀਤ, ਪ੍ਰੀਤ ਵੀਰੇ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ, ਕਿੰਨੀ ਕੁ ਏਜ ਆ ਤੁਹਾਡੀ? ਮੇਰੀ 24 ਸਾਲ। 24 ਸਾਲ ਆ? ਹਾਂਜੀ। ਅੱਛਾ 24 ਸਾਲ ਦੀ ਏਜ ਦੇ ਕੀ ਕੰਮ ਕਰਦੇ ਹੋ? ਮੇਰਾ ਸਲੂਨ ਦਾ ਹੀ ਕੰਮ। ਸਲੂਨ ਦਾ ਕੰਮ? ਸਲੂਨ ਦੇ ਕੰਮ ਦੇ ਵਿੱਚ ਕਦੇ ਕੋਈ ਕੁੜੀ ਨਹੀਂ ਮਿਲੀ ਇੱਦਾਂ ਦੀ ਵੀ ਯਾਰ ਉਹ ਹਮਸਫ਼ਰ ਹੋਵੇ ਨਾਲ ਨਾਲ ਕੰਮ ਕਰਨ ਲੱਗ? ਹੈ ਬਾਈ। ਹੈਗੀ ਆ? ਹੈ ਬਾਈ। ਕਿੰਨਾ ਕੁ ਪਿਆਰ ਆ? ਵਾਧੂ। ਅੱਛਾ ਕਿੰਨੇ ਕੁ ਟਾਈਮ ਤੋਂ ਇਕੱਠੇ ਹੋ ਫਿਰ ਇੱਕ ਦੂਜੇ? ਹੋ ਗਏ 4 ਕੁ ਸਾਲ ਤਾਂ ਹੋ ਗਏ। 4 ਸਾਲ ਹੋ ਗਏ। ਕਦੋਂ ਕਰਾ ਰਹੇ ਹੋ ਫਿਰ ਵਿਆਹ? ਵਿਆਹ ਹਲੇ ਬਾਹਰ ਜਾਈਏ ਫਿਰ ਕਰਾਵਾਂਗੇ। ਅੱਛਾ ਪੰਜਾਬ ਦੇ ਵਿੱਚ ਨਹੀਂ ਰਹਿਣਾ, ਬਾਹਰ ਹੀ ਜਾਣਾ? ਨਹੀਂ ਬਾਹਰ ਜ਼ਿਆਦਾ ਵਧੀਆ ਲੈ। ਅੱਛਾ ਪੰਜਾਬ ਵੀ ਵਧੀਆ ਵੀ, ਪਰ ਇਹ ਆ ਵੀ ਸਾਡਾ ਇੱਥੇ ਫਿਊਚਰ ਨਹੀਂ ਨਾ। ਹਾਂ ਫਿਰ ਇੱਥੇ ਤੁਹਾਨੂੰ ਪਤਾ ਹੀ ਹੈ ਜਾਤਾਂ ਪਾਤਾਂ ਦੇ ਰੌਲੇ ਹੋ ਜਾਣੇ, ਫਿਰ ਔਖਾ ਹੋ ਜਾਂਦਾ ਇੱਥੇ। ਹੁਣ ਤੁਹਾਡਾ ਪਿਆਰ ਜਾਤਾਂ ਪਾਤਾਂ ਤੋਂ ਹਟ ਕੇ? ਨਹੀਂ ਹਾਂ ਹੁਣ ਵਧੀਆ ਵਧੀਆ ਹਟ ਗਿਆ। ਅੱਛਾ ਕਿਹਨੇ ਕੀਤਾ ਸੀ ਪਹਿਲਾਂ ਅਪਰੋਚ, ਕਿਹਨੇ ਕੀਤੀ, ਤੁਸੀਂ ਕੀਤੀ ਸੀਗੀ, ਉਹਨਾਂ ਨੇ ਕੀਤੀ? ਪਹਿਲਾਂ ਦੋਸਤੀ ਵਧੀਆ ਰਹੀ ਬਹੁਤ ਜ਼ਿਆਦਾ। ਅੱਛਾ ਅਤੇ ਫਿਰ ਮਤਲਬ ਹੌਲੀ ਹੌਲੀ ਪਤਾ ਲੱਗ ਗਿਆ ਵੀ ਹੈ ਨਾ ਵੀ ਹਾਂ ਉੱਧਰੋਂ ਵੀ ਵਧੀਆ ਅਤੇ ਇੱਧਰੋਂ ਵੀ ਵਧੀਆ, ਫਿਰ ਇਕੱਠੇ ਹੀ ਹੋ ਗਏ। ਸ਼ਰਾਰਤ ਚੇਤੇ ਹੋਵੇ ਜਿਹੜੀ ਤੁਹਾਨੂੰ ਇਰੀਟੇਟ ਕਰਦੀ ਹੋਵੇ ਯਾਰ, ਇਹ ਗੱਲ ਇਹਦੀ ਇਰੀਟੇਟ ਕਰਦੀ ਹੈ? ਇਰੀਟੇਟ ਤਾਂ ਨਹੀਂ, ਮਤਲਬ ਗੁੱਸਾ ਬਹੁਤ ਆ ਉਹਦੇ ਚ, ਗੁੱਸਾ ਬਹੁਤ ਆ, ਛੋਟੀ ਛੋਟੀ ਗੱਲ ਆ। ਹਾਂ ਕੋਈ ਮਤਲਬ ਕੋਈ ਵੀ ਗੱਲ ਕਹਿ ਦਈਏ ਆਪਾਂ ਹੈ ਨਾ ਵੀ ਨਹੀਂ ਆਪਾਂ ਵੀ ਥੋੜ੍ਹਾ ਜਿਹਾ ਆਪਾਂ ਦੇਖ ਕੇ ਚੱਲੀਏ, ਕਿਉਂਕਿ ਅੱਜ ਕੱਲ੍ਹ ਦਾ ਜ਼ਮਾਨਾ ਤੁਹਾਨੂੰ ਪਤਾ ਹੀ ਆ ਹੈ ਨਾ, ਵੀ ਨਾਲ ਦੀ ਨਾਲ ਹੀ ਕਦੇ ਕੁਛ ਹੋ ਜਾਂਦਾ ਕਦੇ ਕੁਛ ਹੋ ਜਾਂਦਾ, ਉਸ ਗੱਲ ਤੋਂ ਮਤਲਬ ਡਰ ਰਹਿੰਦਾ ਇੱਕ ਦਿਲ 'ਚ।
ਉਹ ਹੁੰਦਾ ਵੀ ਹਾਂ ਉਹਨੂੰ ਸਮਝਾਉਣਾ ਹੁੰਦਾ ਵੀ ਭਾਈ ਸਮਝ, ਅਤੇ ਵੀ ਸਮਝ ਕੇ ਹੀ ਹਰੇਕ ਕੋਈ ਵੀ ਕਦਮ ਕਰਨਾ ਚੱਕਣਾ ਅਤੇ ਸਮਝ ਕੇ ਹੀ ਚੱਕਣਾ ਬਸ। ਅਸੀਂ ਸਾਰੇ ਸਿੰਗਲ ਲੱਗਦੇ ਹਾਂ ਮੈਨੂੰ ਲੱਗਦਾ, ਸਿੰਗਲ ਹੀ ਹੋ ਨਾ ਤੁਸੀਂ ਸਾਰੇ, ਸਾਨੂੰ ਸਿੰਗਲਾਂ ਨੂੰ ਤੁਸੀਂ ਕੀ ਸਲਾਹ ਦਿਓਗੇ ਇਹੋ ਜਿਹੀ ਵੀ ਹਾਂ ਤੁਸੀਂ ਪਿਆਰ ਕਰ ਸਕਦੇ ਹੋ ਅਤੇ ਤੁਹਾਡੇ ਨਾਲ ਵੀ ਇੱਦਾਂ ਦਾ ਕੀ ਕੀਤਾ ਕੀ ਸੀ ਤੁਸੀਂ ਇਹੋ ਜਿਹਾ? ਕਰਿਆ ਤਾਂ ਕੁਛ ਨਹੀਂ, ਬਸ ਦੋਸਤੀ ਸੀ ਵਧੀਆ। ਅੱਛਾ, ਵਧੀਆ ਦੋਸਤੀ, ਪਤਾ ਹੀ ਨਹੀਂ ਲੱਗਿਆ ਕਦੋਂ ਕੀ ਹੋਈ ਜਾਂਦਾ ਸੀ। ਦੋਸਤੀ ਤੋਂ ਅੱਗੇ ਫਿਰ ਕਿਵੇਂ ਕਿਵੇਂ 'ਚ ਵਧੇ? ਵਧਣਾ ਕੀ ਮਤਲਬ, ਕਦੇ ਇਕੱਠੇ ਘੁੰਮਣਾ, ਖਾਣਾ ਪੀਣਾ ਇਕੱਠੇ ਸੀ, ਸਭ ਕੁਝ ਇਕੱਠੇ ਸੀ। ਅੱਛਾ, ਅਤੇ ਫਿਰ ਮਤਲਬ ਸ਼ੁਰੂਆਤ ਹੋ ਗਈ ਵਧੀਆ। ਕੀ ਚੀਜ਼ ਇੰਪ੍ਰੈਸ ਕਰਦੀ ਆ ਮੁੰਡਿਆਂ ਦੀ ਵੀ ਜਿੱਦੇ ਇਹ ਸਾਰੇ ਸਾਡੇ ਦੇਖੋ ਆ ਸਿੰਗਲ ਸਿੰਗਲ? ਆਪਾਂ ਸਿੰਗਲ ਮੈਰਿਡ ਹੋ। ਅੱਛਾ, ਉਹ ਚਲੋ ਮੈਰਿਡ ਹੋ ਗਏ, ਅਸੀਂ ਸਿੰਗਲ ਚਾਰ ਬੰਦੇ ਬੈਠੇ ਹੋਏ ਹਾਂ। ਕੀ ਚੀਜ਼ ਇੱਦਾਂ ਦੀ ਇੰਪ੍ਰੈਸ ਕਰਦੀ ਆ ਕੁੜੀਆਂ ਨੂੰ ਵੀ? ਹਾਂ ਨਹੀਂ ਐਵੇਂ ਤਾਂ ਨਹੀਂ, ਬਸ ਇੰਪ੍ਰੈਸ ਵਾਲੀ ਐਵੇਂ ਤਾਂ ਨਹੀਂ ਕੋਈ ਚੀਜ਼ ਹੁੰਦੀ। ਕਈ ਕੁੜੀਆਂ ਵਧੀਆ ਹੁੰਦੀਆਂ ਨੇ ਹੈ ਨਾ, ਜਿਵੇਂ ਮੰਨ ਲਓ ਆਪਾਂ ਉਹਨਾਂ ਦੀ ਕੇਅਰ ਵਧੀਆ ਕਰੀਏ, ਕੋਈ ਬੰਦਾ ਸੁਣਦਾ ਹੋਵੇ ਹੈ ਨਾ, ਉਹ ਕੁੜੀ ਨੂੰ ਜ਼ਿਆਦਾ ਉਹ ਕਰ ਦਿੰਦੀ ਹੈ ਵੀ ਹਾਂ ਵਧੀਆ ਗੱਲ ਹੈ ਇਹ ਮੇਰੀ ਸੁਣਦਾ। ਕਈ ਵਾਰ ਤੈਨੂੰ ਪਤਾ ਹੀ ਆ ਅੱਜ ਕੱਲ੍ਹ ਦਾ ਮਾਹੌਲ ਹੀ ਹੋਰ ਤਰੀਕੇ ਦਾ ਹੈ ਨਾ, ਕਈ ਕੁੜੀਆਂ ਹੋਰ ਤਰੀਕੇ ਦੇ ਹੁੰਦੇ ਨੇ, ਕਈ ਹੋਰ ਤਰੀਕੇ ਦੇ ਹੁੰਦੇ ਨੇ। ਜਿਹੜੀ ਵਧੀਆ 'ਚ ਆਉਂਦੀਆਂ ਨੇ ਉਹ ਕੇਅਰ ਦੇਖਦੇ ਨੇ ਬੰਦੇ ਵੀ ਹਾਂ ਕੇਅਰ ਕਰਦਾ ਵੀ ਹਾਂ ਵਧੀਆ ਮੇਰਾ ਧਿਆਨ ਰੱਖਦਾ ਹੈ ਨਾ, ਵੀ ਜੋ ਚਲੋ ਮੈਂ ਬੋਲਦੀ ਹਾਂ ਉਹ ਗੱਲ ਗੌਰ ਨਾਲ ਸੁਣ ਕੇ ਮੈਨੂੰ ਜਵਾਬ ਦਿੰਦਾ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦਾ ਟਾਈਮ ਤਾਂ ਹੋਰ ਹੀ ਤਰੀਕੇ ਦਾ ਮਾਹੌਲ ਚੱਲੀ ਜਾਂਦਾ। ਪਤਾ ਜੋੜੀ ਨੂੰ ਭਾਗ ਖਿਲਾਵੇ ਛੇਤੀ ਵਿਆਹ ਅਤੇ ਸਾਨੂੰ ਸਾਰਿਆਂ ਨੂੰ ਸੱਦਾ ਦੇ ਦੇ। ਠੀਕ ਹੈ, ਤੁਹਾਨੂੰ ਸੱਦਾ ਦੇ ਦਾਂਗੇ, ਕੋਈ ਗੱਲ ਨਹੀਂ। ਹਾਂ ਹਾਂ ਕੋਈ ਗੱਲ ਦੇਖ ਲਿਓ, ਕਿਤੇ ਭੁੱਲ ਜਾਓ ਵੀ ਪਕੌੜਿਆਂ ਦੇ ਲੈਣਾ ਹੀ ਇਹਨਾਂ ਨੂੰ, ਜਾਂ ਇੱਥੇ ਇੰਡੀਆ 'ਚ ਹੋਇਆ ਫਿਰ ਤਾਂ ਸੱਦਾਂਗੇ ਸੱਦਾਂਗੇ। ਕੋਈ ਨਾ, ਅਸੀਂ ਬਾਹਰ ਵੀ ਆ ਜਾਵਾਂਗੇ, ਸਾਡਾ ਸ਼ੋਅ ਬਾਹਰ ਵੀ ਚੱਲਦਾ, ਇੰਗਲੈਂਡ ਵੀ ਚੱਲਦਾ। ਚਲੋ ਫਿਰ ਕੋਈ ਗੱਲ ਨਹੀਂ, ਫਿਰ ਤੁਹਾਨੂੰ ਸੱਦ ਲਾਂਗੇ ਆਪਾਂ। ਅੱਛਾ ਬਾਈ, ਕੀ ਹਾਲ ਆ ਜੀ? ਹਾਂਜੀ, ਤੁਹਾਡੀਆਂ ਵੀਡੀਓ ਜ਼ਰੂਰ ਦੇਖੀਆਂ ਪਹਿਲਾਂ ਤਾਂ। ਤੁਹਾਡਾ ਨਾਂ? ਸ਼ੁਭ ਬਿੱਲਾ। ਅੱਛਾ ਬਈ, ਮੁੱਛਾਂ ਪੂਰੀਆਂ ਕੁੰਡੀਆਂ ਨੇ ਤੇ ਮੁੱਛਾਂ ਦਾ ਇੱਕ ਗਾਣਾ ਵੀ ਸੀਗਾ, ਅਸੀਂ ਸ਼ੌਂਕ ਨੂੰ ਕਰਾਈਆਂ ਮੁੱਛਾਂ। ਗਾਣਾ ਲੱਗ ਪਏ ਬੈਲੀ ਤਾਂ ਹੈਗੇ ਆ ਬਈ, ਬੈਲ ਪੁਣਾ, ਪਰ ਹੁਣ ਤਾਂ ਵੜ ਗਿਆ ਭਾਂਡੇ 'ਚ। ਸਿੱਧੀ ਜੀ ਗੱਲ ਆ ਗਿਆ ਵੀਰੇ, ਹੋਰ ਦੱਸੋ। ਹੋਰ ਵਧੀਆ, ਤੁਸੀਂ ਸੁਣਾਓ, ਤੁਸੀਂ ਸੁਣਾਓ, ਤੁਸੀਂ ਕਹਿਮ ਹੋ ਕੀ ਸੁਣਨਾ ਦੱਸੋ। ਚੰਗਾ ਰਹੂੰਗਾ ਕਿ ਨਹੀਂ ਰਹੂੰਗਾ ਵੀਰੇ? ਦੇਖੋ ਹਲੇ ਸਲਾਹ ਤਾਂ ਹੈ ਨੀ ਵਿਆਹ ਦੀ, ਹਲੇ ਤਾਂ ਮੌਜਾਂ ਮਾਣਨੀ ਆ। ਹੋਰ ਤਾਂ ਸਲਾਹ ਤਾਂ ਕੀ ਲੈਣੀ ਆ ਬਈਆਂ, ਦਿਖੇ ਰਿਹਾ ਹਾਲ ਕੀ ਆ ਵਿਆਹ ਤੋਂ ਬਾਅਦ? ਹਾਲ ਤਾਂ ਇਹੀ ਹੋਣਾ, ਕੁੱਤੇ ਵਾਲਾ ਹੀ ਹੋਣਾ ਹਾਲ, ਕੰਮ ਔਖਾ ਹੀ ਆ। ਅੱਛਾ ਬਈ, ਆ ਕੀ ਕਹਿ ਕੀ ਰਹੇ ਨੇ ਤੁਸੀਂ, ਦੱਸੋ ਇਹ ਸੱਚਾਈ ਹੈਗੀ ਆ ਇਹਦੇ ਵਿੱਚ? ਔਖਾ ਕੰਮ ਵਿਆਹ ਤੋਂ ਬਾਅਦ? ਔਖਾ ਕਾਹਨੂੰ ਹੈ, ਵਧੀਆ ਸਗੋਂ ਲਾਈਫ ਆਪਣੀ ਚੰਗੀ ਨਿਕਲ ਰਹੀ ਹੈ। ਡਰਦੇ ਮਾਰੇ ਤੇ ਨਹੀਂ ਕਹਿਣਦੇ ਤੁਸੀਂ? ਸਿਰਫ ਕੈਮਰੇ 'ਚ ਕਹਿ ਰਹੇ ਨੇ, ਊਂ ਅਸੀਂ ਬਹਿ ਕੇ ਗੱਲਾਂ ਗੁੱਲਾਂ ਕਰਦੇ ਹੁੰਦੇ ਨਾ, ਉਦੋਂ ਨਹੀਂ ਇਹ, ਉਦੋਂ ਕਹਿੰਦਾ ਯਾਰ ਸਿਆਪਾ ਹੀ ਗੱਲ ਪਾਇਆ ਹੋਇਆ ਸੀ ਵੀ ਵਿਆਹ ਨਹੀਂ ਕਰਾਉਣਾ ਚਾਹੀਦਾ ਭਰਾਵਾ, ਐਂ ਠੀਕ ਆ ਸਾਰੇ। ਤੁਸੀਂ ਕਦੋਂ ਕਰਾ ਰਹੇ ਹੋ ਫਿਰ? ਉਮਰ ਇਹ ਸਾਨੂੰ ਤਾਂ ਕਰਾਉਣਾ ਹੀ ਪੈਣਾ ਨਾ, ਹੁਣ ਜਦੋਂ ਢੋਲ ਗੱਲ ਪਾ ਲਿਆ ਵਜਾਉਣਾ ਹੀ ਪੈਣਾ ਹੁਣ ਉਹ ਤਾਂ। ਅੱਛਾ ਬਈ, ਯਾਰੀ ਦੋਸਤੀ ਦਾ ਮਤਲਬ ਸਮਝਾਓ ਯਾਰ, ਮੈਂ ਕਾਫੀ ਬੰਦਿਆਂ ਤੋਂ ਪੁੱਛਦਾ ਹੁੰਦਾ ਵੀ ਯਾਰੀ ਦੋਸਤੀ ਆ ਜਿਹੜੀ ਉਹਦਾ ਅਸਲ ਮੀਨਿੰਗ ਕੀ ਆ? ਯਾਰੀ ਦੋਸਤੀ ਬਈ ਉਹ ਹੁੰਦੀ ਆ, ਪਹਿਲਾਂ ਤਾਂ ਦੇਖੋ ਯਾਰੀ ਦੋਸਤੀ ਐਵੇਂ ਹੁੰਦੀ ਆ, ਦੇਖੋ ਯਾਰੀ ਲਾਉਣੀ ਕੋਈ ਸੌਖੀ ਜਿਹੀ ਗੱਲ ਨਹੀਂ ਹੁੰਦੀ, ਠੀਕ ਆ? ਜਦੋਂ ਤੁਸੀਂ ਯਾਰੀ ਲਾ ਲਈ, ਯਾਰ ਉਹ ਹੁੰਦਾ ਜਿਹੜਾ ਮਾੜੇ ਟਾਈਮ 'ਤੇ ਖੜ ਜੇ, ਠੀਕ ਆ ਵੀਰੇ? ਅਤੇ ਮਾੜੇ ਟਾਈਮ 'ਤੇ ਖੜ ਜੇ ਅਤੇ ਐਵੇਂ ਨਹੀਂ ਹੁੰਦਾ ਹੈ ਨਾ ਵੀਰੇ, ਜੇ ਯਾਰੀ ਦੋਸਤੀ ਲਾਈਏ ਵੀ ਹਾਂ ਵੀਰੇ ਗੱਡੀ ਚਾਹੀਦੀ ਆ, ਹੈ ਨਾ? ਹਾਂ ਵੀਰੇ, ਮੈਂ ਮੰਮੀ ਨੂੰ ਯਾਰ ਡੈਡੀ ਨੂੰ ਪੁੱਛ ਕੇ ਦੱਸਦਾ ਵੀ ਤੂੰ ਯਾਰ ਦੱਸ ਮੰਮੀ ਡੈਡੀ ਕਿੱਥੇ ਆ ਗਏ ਵਿੱਚ,
ਯਾਰੀ ਦੋਸਤੀ ਤਾਂ ਵੀਰੇ ਉਹ ਹੁੰਦੀ ਆ ਵੀ ਗੱਡੀ ਚਾਹੀਦੀ ਆ ਤਾਂ ਹਾਂ ਵੀਰੇ ਲੈ ਜਾ, ਮੰਮੀ ਡੈਡੀ ਨਹੀਂ ਆਉਣਾ ਚਾਹੀਦਾ ਵਿੱਚ, ਹਾਂ ਵੀਰੇ ਵੀ ਕਹਿ ਦਿੰਦੇ ਹੋ। ਮੈਂ ਡੈਡੀ ਨੂੰ ਪੁੱਛ ਕੇ ਦੱਸਦਾ ਵੀ ਤੁਸੀਂ ਡੈਡੀ ਨੂੰ ਪੁੱਛ ਕੇ ਯਾਰੀ ਲਾਈ ਸੀਗੀ, ਦੱਸ। ਇਹ ਹੁੰਦੀ ਆ ਯਾਰੀ, ਮਾੜੇ ਟਾਈਮ 'ਤੇ ਖੜ੍ਹਨ ਵਾਲਾ ਯਾਰ ਹੁੰਦਾ ਵੀਰੇ। ਮੈਂ ਬਹੁਤ ਕੁਛ ਦੇਖਿਆ, ਜਿੱਥੇ ਤੁਸੀਂ ਬੈਠੇ ਹੋਏ ਮੇਰੀ ਦੁਕਾਨ ਸੀਗੀ ਪਹਿਲਾਂ, ਮੇਰੀ 20,000 ਰੁਪਏ ਸੇਲ ਸੀਗੀ, ਯਾਰੀ ਪਿੱਛੇ ਸਾਰਾ ਕੁਛ ਖਤਮ ਕਰਤਾ। ਅੱਜ ਕੋਈ ਵੀ ਨਾਲ ਨਹੀਂ ਹੈਗਾ ਵੀ ਮਾੜੇ ਟਾਈਮ 'ਤੇ, ਇੱਕ ਸਿਰਫ ਇਹ ਚਾਚੇ ਤਾਏ ਆ ਮੇਰੇ ਨਾਲ, ਬਸ। ਜਾਣਾ ਵੀ ਤਾਂ ਹੈਗਾ ਨਾ, ਫੂਕਣਾ ਪੈਂਦਾ ਹੈ ਫਿਰ ਘਰ ਆਪਣਾ ਯਾਰ। ਫਿਰ ਉਹੀ ਤਾਂ ਗੱਲ ਹੁੰਦੀ ਆ ਬਈ, ਮੁੰਡਿਆਂ ਦੀ ਜ਼ਿੰਦਗੀ ਸੌਖੀ ਥੋੜ੍ਹੀ ਹੁੰਦੀ ਆ, ਮੁੰਡਿਆਂ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ। ਜਾਣ ਘਰ ਦਾ ਜਦੋਂ ਹੀਰਾ ਪੁੱਤ ਹੁੰਦਾ ਨਾ, ਕੰਜਰ ਅੰਨ ਦਾ ਬੈਰੀ, ਇਹ ਕਹਿਣ ਲੱਗ ਜਾਂਦੇ ਆ ਘਰ ਦੇ ਜਦੋਂ ਕਮਾ ਕੇ ਨਾ ਦੇਣ। ਠੀਕ ਆ ਵੀਰੇ, ਇਹ ਹੁੰਦਾ। ਅੱਛਾ ਬਈ, ਤੁਸੀਂ ਇਹ ਮੈਨੂੰ ਇੱਦਾਂ ਦੱਸੋ, ਟੈਟੂਸ ਪਵਾਏ ਹੋਏ ਨੇ, ਇਹਨਾਂ ਦਾ ਕੀ ਰਾਜ ਆ? ਸ਼ੌਂਕ ਆ ਵੀਰੇ ਯਾਰ, ਬਸ ਇਹ ਲਾ ਲਾ ਵੀ ਪੈਸੇ ਫੂਕਤੇ, ਧਨ ਫੂਕਤਾ ਬਾਈ ਨੇ ਅਗਲੀ ਵਿਆਹ ਹੋ ਗਿਆ ਅਗਲੀ ਦਾ, ਮੈਂ ਵਿਆਹ ਕਰਾਉਣਾ ਪਾਇਓ ਤੁਸੀਂ ਛੱਡੋ। ਚਾਚਾ ਜੀ ਨੇ ਕਦੇ ਕੋਈ ਪਿਆਰ ਕੀਤਾ ਤੁਹਾਨੂੰ? ਦੱਸਿਆ ਵੀ ਯਾਰ ਉਹ ਚਾਚੀ ਨਾਲ ਕਰਦਾ, ਚਾਚੀ ਲੱਤ ਦੇ ਲੱਤ ਰੱਖ ਕੇ ਪਾੜ ਨਹੀਂ ਦੇਊਗੀ ਜੇ ਕਿਸੇ ਨਹੀਂ ਦੇਖੂਗਾ। ਪੰਜਾਬ ਦੀਆਂ ਕੁੜੀਆਂ ਹਿਮਾਚਲ ਦੀਆਂ ਕੁੜੀਆਂ ਕਿਹੜੀਆਂ ਜ਼ਿਆਦਾ ਸੋਹਣੀਆਂ ਹੁੰਦੀਆਂ? ਬਈ ਪੰਜਾਬ ਦੀਆਂ ਹੀ ਹੋਣਗੀਆਂ, ਹਿਮਾਚਲ ਨੂੰ ਕਿਉਂ ਆਪਾਂ ਅੱਗੇ ਕਰੀਏ, ਪੰਜਾਬ 'ਚ ਬਹੁਤ ਵੀਰੇ। ਦੇਖੋ ਹਿਮਾਚਲ 'ਚ ਆਪਣੀ ਗੰਨਾ ਗੱਲ ਹੋਈ ਆ, ਨਾ ਕਰਨੀ ਆ, ਆਪਾਂ ਤਾਂ ਪੰਜਾਬ ਹੀ ਬੈਟਰ ਆ, ਪੰਜਾਬ 'ਚ ਹੀ ਰਹਿਣਾ। ਸੂਟ 'ਚ ਕਿ ਜੀਨ 'ਚ ਕੁੜੀ? ਆਪਾਂ ਨੂੰ ਸੂਟ 'ਚ ਵਧੀਆ ਲੱਗਦੀ ਵੀਰੇ, ਉੱਥੇ ਵਿਆਹ ਹੋ ਜਾਣਾ ਇਹਦਾ, ਇਹਨੂੰ ਸੋਚ ਤੂੰ ਬਾੜ ਦੇਣਾ, ਪੱਥਰ ਪਿੱਛੇ ਪੱਥਰ ਪਿਆ ਹੋਵੇ ਉੱਥੇ ਘਰ ਹੋਵੇ, ਇਹਨੂੰ ਤਾਂ ਨੀਂਦ ਨਹੀਂ ਆਉਣੀ ਵੀ ਜੇ ਸਾਲਾ ਉੱਪਰ ਗਿਰ ਗਿਆ। ਇਹਦਾ ਵਿਆਹ ਕਰਾਉਂਦਾ ਨਹੀਂ ਵੀਰੇ ਉੱਥੇ, ਹਿਮਾਚਲ ਹਿਮੂਚਲ ਦਾ ਛੱਡ ਦੂੰ ਗੱਲਾਂ, ਪੰਜਾਬ ਠੀਕ ਆ। ਜੇ ਰੱਬ ਕੋਈ ਤੁਹਾਨੂੰ ਇੱਦਾਂ ਦੀ ਚੋਇਸ ਦੇਵੇ ਵੀ ਜਿਹੜੀ ਤੁਸੀਂ ਇੱਕ ਗੱਲ ਕਹੋਗੇ ਵੀ ਉਹ ਪੂਰੀ ਕਰ ਦੇਣਗੇ ਤੁਹਾਡੀ, ਕੀ ਵਿਸ਼ ਹੋਏਗੀ ਤੁਹਾਡੀ? ਮਾਂ ਪਿਓ ਦੀ ਲੰਬੀ ਉਮਰ ਵੀਰੇ, ਉਹੀ ਠੀਕ ਆ, ਆਪਾਂ ਨੂੰ ਤਾਂ ਹੋਰ ਵਿਸ਼, ਆਪਾਂ ਨੂੰ ਹੋਰ ਕੁਛ ਨਹੀਂ ਚਾਹੀਦਾ। ਹਾਂ ਵੀਰੇ, ਬਚਪਨ ਦੀ ਕੋਈ ਇੱਦਾਂ ਦੀ ਸ਼ਰਾਰਤ ਚੇਤੇ ਹੋਏ ਜਿਹਦੇ ਅੱਜ ਵੀ ਯਾਦ ਕਰਕੇ ਉਹ ਹਾਸਾ ਆਉਂਦਾ, ਯਾਰ ਇਹ ਕੀ ਹੋਇਆ ਸੀ ਸਾਡੇ ਨਾਲ? ਨਹੀਂ ਇੱਦਾਂ ਦੀ ਤਾਂ ਨਹੀਂ ਕੋਈ ਵੀਰੇ। ਟੋਬਿਆਂ ਦੇ ਵਿੱਚ ਕਿਤੇ ਨਹਾਏ ਹੁੰਦੇ? ਹਾਂ ਵੀਰੇ ਬਹੁਤ ਨਹਾਇਆ, ਛਿੱਤਰ ਬਹੁਤ ਖਾਇਆ ਘਰੋਂ। ਹਾਂ ਸੂਹਿਆਂ 'ਚ ਜਾਣਾ, ਛਾਲਾਂ ਮਾਰਨੀਆਂ। ਕੋਈ ਨਹੀਂ ਨਹਾਉਂਦੇ ਯਾਰ, ਮੱਝਾਂ ਦੇ ਨਾਲ ਨਹਾਉਂਦੇ ਰਹੇ। ਹਾਂ ਮੱਝਾਂ 'ਤੇ ਬੈਠ ਕੇ ਫੀਲਿੰਗ ਲੈਣੀ, ਜਾਣੇ ਮੋੜ ਵਾਲੀ ਉੱਪਰ ਬੈਠ ਕੇ ਨਾ ਬਦਲਾ ਲਿਆ ਲਈ। ਆਹ ਗੱਲਾਂ ਤਾਂ ਮੈਨੂੰ ਰਹਿੰਦਾ ਵੀ ਹਾਂ ਆਪਾਂ ਪਿੰਡ ਦੀ ਗੱਲਾਂ ਦੱਸੀਏ, ਪਿੰਡ ਦਾ ਵੀ ਪਿੰਡ ਦੇਖ, ਪਿੰਡ ਤਾਂ ਐਵੇਂ ਆ ਵੀਰੇ, ਪਿੰਡ ਤਾਂ ਦੇਖ ਪਿੰਡ ਦਾ ਇਹ ਹਿਸਾਬ ਆ ਵੀ ਜਿੱਥੇ ਆਪਣਾ ਗਵਾਂਢੀ ਆ ਨਾਲ ਖੜੂਗਾ, ਸ਼ਹਿਰ 'ਚ ਦੇਖ ਲਾ ਤੂੰ ਰਹਿ ਕੇ ਵੀਰੇ ਕਿਸੇ ਨੂੰ ਕੋਈ ਮਤਲਬ ਨਹੀਂ ਹੋਊਗਾ, ਤੇਰੇ ਨਾਲ ਰਹਿੰਦਾ ਹੋਊਗਾ ਵਾਲਾ ਬੋਲਦਾ ਵੀ ਨਹੀਂ ਵੀ ਮੈਂ ਸਾਨੂੰ ਕੀ ਆ ਮਰੇ ਜੂਵੇ ਯਾਰ, ਪਿੰਡ 'ਚ ਇਹ ਆ ਵੀ ਨਾਲ ਖੜਦਾ ਸਾਰਾ ਪਿੰਡ। ਅੱਛਾ ਬਈ, ਸਿੰਗਰ ਕਿਹੜਾ ਫੇਵਰੇਟ ਆ ਤੁਹਾਡਾ? ਸਿੰਗਰ ਬਾਈ ਮੇਰਾ, ਸਿੰਗਰ ਤਾਂ ਸਿੱਧੂ ਸੀਗਾ ਬਾਈ। ਦੇਖ ਆਪਾਂ ਸਿੱਧੂ ਵੀ ਸੁਣਦੇ ਹਾਂ, ਕਰਨ ਔਜਲੇ ਨੂੰ ਵੀ ਸੁਣਦੇ ਹਾਂ, ਲੋਕਾਂ ਨੇ ਬਈ ਇਹ ਵਹਿਮ ਪਾਇਆ ਹੋਇਆ, ਉਹ ਤਾਂ ਸਹੀ ਸੀਗੇ ਸਾਰੇ ਯਾਰ, ਉਹ ਕੰਟਰੋਵਰਸੀ ਕਰਦੇ ਸੀਗੇ, ਉਹਨਾਂ ਦਾ ਕੰਮ ਚੱਲਦਾ ਸੀਗਾ ਵੀਰੇ ਯਾਰ। ਹੁਣ ਲੋਕ ਪਹਿਲਾਂ ਜੇ ਸਿੱਧੂ ਦੀ ਫੋਟੋ ਪਾ ਦੇਣਗੇ ਲੋਕ, ਬੱਬੂ ਮਾਨ ਜਿੰਦਾਬਾਦ ਨੀਚੇ ਲਿਖ ਦੇਣਗੇ, ਬੱਬੂ ਮਾਨ ਜਿੰਦਾਬਾਦ। ਯਾਰ ਬੱਬੂ ਮਾਨ ਆਪਣੀ ਜਗ੍ਹਾ ਸਹੀ ਹੈ, ਸਿੱਧੂ ਆਪਣੀ ਜਗ੍ਹਾ ਸਹੀ ਹੈ, ਕਰਨ ਆਪਣੀ ਜਗ੍ਹਾ ਸਹੀ ਹੈ, ਸਾਰੇ ਸਿੰਗਰ ਆਪਣੀ ਆਪਣੀ ਜਗ੍ਹਾ ਸਹੀ ਹੈ ਬਈ। ਸਾਰੇ ਇਕੱਠੇ ਹੋ ਜਾਣ, ਮੈਂ ਚਾਹੁੰਦਾ ਵੀ ਸਾਰੇ ਇਕੱਠੇ ਹੋ ਜਾਣ, ਬਸ
ਫਿਰ ਪਟਾਕੇ ਦੇਖੇ ਪੈਂਦੇ, ਕੋਈ ਹਿੰਮਤ ਨਹੀਂ ਹੋਊਗੀ ਕਿ ਦੂਜਾ ਬਾਹਰ ਲਗਾ ਦੇ। ਬਹੁਤ ਬੋਲੀ ਆ ਬਈ ਵਧੀਆ, ਸਾਡੀ ਤਾਂ ਥਾਰੇ ਮਾਰੇ ਵਾਲੀ। ਹਾਂ ਬੋਲੋ, ਥਾਂਬੀ ਥਾਂਬੀ ਪਵਾਦ ਕੇ ਆ ਵੀ ਹਮੇ ਪਵਾਦ ਬੋਲਦੇ ਆ। ਮੇਰੀ ਮੰਮੀ ਆ, ਮੇਰਾ ਡੈਡੀ ਆ, ਠੀਕ ਆ, ਮੇਰੀ ਭੈਣ ਆ, ਮੈਰਿਜ ਹੋ ਗਈ, ਭੈਣ ਦੀ ਮੇਰੀ ਭਾਣਜੀ ਆ ਛੋਟੀ ਜੀ, ਠੀਕ ਆ। ਬਹੁਤ ਪਿਆਰ ਆ ਵੀਰੇ, ਪਹਿਲੀ ਵਾਰੀ ਜ਼ਿੰਦਗੀ ਚ ਰੋਇਆ ਸੀਗਾ ਮੈਂ ਆਪਣੀ ਭੈਣ ਜਦੋਂ ਡੋਲੀ ਚ ਤੋਰੀ ਸੀਗੀ। ਹਾਂ ਹਾਂ ਹੈਗਾ ਵੀਰੇ ਫੁੱਲ, ਭੈਣ ਆਈ ਲਵ ਯੂ, ਜਿਉਂਦੀ ਵੱਸਦੀ ਦੇ ਰੱਬ ਤੈਨੂੰ ਖੁਸ਼ ਰੱਖੇ। ਬਹੁਤ ਬਹੁਤ ਭੈਣ ਤੋਂ, ਭੈਣ ਮੇਰੀ ਦੇ ਦਿੰਦੀ ਆ ਵੈਸੇ ਜਦੋਂ ਜਾਈਦਾ ਹੁੰਦਾ। ਹਾਂ ਚੱਲ ਨਹੀਂ ਨਹੀਂ ਚੱਲ ਲਿਆ ਦੇ ਦੇ ਕੋਈ ਨਾ, ਇੱਕ ਵਾਰੀ ਤਾਂ ਕਹਿਣਾ ਪੈਂਦਾ ਵੀ ਰਹਿਣ ਦੇ, ਚੱਲ ਕੋਈ ਨੀ, ਫਿਰ ਉਸ ਤੋਂ ਬਾਅਦ ਫਿਰ ਤੁਸੀਂ ਵੀ ਆ ਜਾਓ ਯਾਰ, ਕਿਵੇਂ ਪਿੱਛੇ ਜੇ ਹੋ ਗਏ ਬੈਠੇ ਹੋਏ, ਆ ਜਾਓ ਹੁਣ ਕਿੱਥੇ ਚੱਲੇ, ਲਾਈਨਾਂ ਸੁਣਨੀ ਆ ਤੁਹਾਡੇ ਕੋਲੋਂ ਮੈਂ। ਸ਼ਾਇਰੀ ਸੁਣਾਉਂਦਾ ਵੀਰੇ, ਇੱਕ ਦੂਜੇ ਤੇ ਇਤਬਾਰ ਜੇ ਕਰਦੇ, ਥੋੜਾ ਜਿਹਾ ਪਿਆਰ ਜੇ ਕਰਦੇ, ਮਹਿਫਲ ਠੁਕਰਾਈ ਜਾਣੀ ਨਹੀਂ ਸੀ, ਥੋੜਾ ਜਿਹਾ ਇਜ਼ਹਾਰ ਜੇ ਕਰਦੇ, ਸੱਚ ਜਾਣੀ ਅੱਜ ਇਕੱਠੇ ਹੁੰਦੇ, ਥੋੜਾ ਜਿਹਾ ਇਜ਼ਹਾਰ ਜੇ ਕਰਦੇ, ਲੋਕਾਂ ਕਿੱਸੇ ਲਿਖ ਦੇਣੇ ਸੀ, ਜਾਹਰ ਜੱਗ ਨੂੰ ਪਿਆਰ ਜੇ ਕਰਦੇ, ਬੋਲੀ ਦਿਲ ਦੀ ਬੁੱਝ ਲੈਣੀ ਸੀ, ਥੋੜਾ ਉੱਚਾ ਮਿਆਰ ਜੇ ਕਰਦੇ, ਪਤਾ ਹੁੰਦਾ ਹਾਰਨਾ ਇਹ ਬਾਜ਼ੀ 'ਚੋਂ, ਪਹਿਲਾਂ ਹੀ ਹਾਰ ਸਵੀਕਾਰ ਜੇ ਕਰਦੇ। ਕਹਿੰਦਾ ਕੋਈ ਕਿੰਨਾ ਵੀ ਖੂਬਸੂਰਤ ਹੋਵੇ, ਕੋਈ ਕਿੰਨਾ ਵੀ ਖੂਬਸੂਰਤ ਹੋਵੇ, ਹਾਂ ਤਾਂ ਕਰਦੇ, ਕੋਈ ਕਿੰਨਾ ਵੀ ਖੂਬਸੂਰਤ ਹੋਵੇ ਪਰ ਤੇਰੇ ਤੋਂ ਵੱਧ ਨਹੀਂ ਹੋ ਸਕਦਾ। ਠੀਕ ਆ, ਤਾੜੀ ਮਾਰਦੇ ਫਿਰ, ਚੱਲ ਠੀਕ ਆ ਤਾਂ ਲਾ ਜਾ। ਕਹਿੰਦਾ ਵੀ ਦੋ ਅਗਲੇ ਬੰਦੇ ਤੇ ਸੁਣਾਉਣਾ, ਦੇਖ ਵੀਰੇ ਮੇਰਾ ਸਾਰਾ ਕੁਛ ਖਤਮ ਹੋ ਗਿਆ ਇਹ ਟਾਈਮ 'ਚ, ਹੈ ਨਾ ਵੀਰੇ, ਮੈਂ ਬਹੁਤ ਲਾਲਾ ਜਿਹੜੇ ਕਹਿੰਦੇ ਸੀਗੇ ਮੈਂ ਤੇਰਾ ਭਾਈ ਆ, ਮੇਰਾ ਭਾਈ ਆ, ਤੂੰ ਮੇਰਾ ਭਾਈ ਆ, ਹੈ ਨਾ, ਬਹੁਤ ਕੁਛ ਕਰਿਆ ਲੋਕਾਂ ਨੇ। ਚੱਲ ਕਹਿੰਦਾ ਜਦੋਂ ਦੋ ਅਗਲੇ ਬੰਦੇ ਦਾ ਚਿਹਰਾ ਅੱਗੇ ਆਉਂਦਾ ਨਾ, ਜਦੋਂ ਦੋ ਅਗਲੇ ਬੰਦੇ ਦਾ ਚਿਹਰਾ ਅੱਗੇ ਆਉਂਦਾ, ਸਭ ਤੋਂ ਪਹਿਲਾਂ ਆਪਣੇ ਆਪ 'ਤੇ ਗੁੱਸਾ ਆਉਂਦਾ ਵੀ ਕਿਹੋ ਜਿਹੇ ਫੁੱਦੂ ਬੰਦੇ 'ਤੇ ਭਰੋਸਾ ਕੀਤਾ। ਭਰੋਸਾ ਐਡੀ ਉਹ ਗੱਲ ਨਾ ਵੀ, ਭਰੋਸਾ ਆਪਾਂ ਜਦੋਂ ਕਿਸੇ 'ਤੇ ਕਰਦੇ ਹਾਂ ਅਤੇ ਜਦੋਂ ਸਾਹਮਣੇ ਵਾਲਾ ਤੋੜਤਾ ਤਾਂ ਦੁੱਗਣਾ ਹਰਟ ਹੁੰਦਾ। ਇੱਕ ਹੋਰ ਸ਼ਾਇਰੀ ਬਾਈ ਜੋਤ ਭੰਗੂ ਦੇ ਵੱਲੋਂ, ਭੰਗੂ ਵੀਰੇ ਜੀ, ਕਿ ਗਜ਼ਲ ਦਾ ਸ਼ੇਅਰ ਆ, ਹੁਣ ਮੈਨੂੰ ਹੁਣ ਚੁੱਪ ਹੋ ਲੈਣ ਦੇ, ਖਿਆਲਾਂ ਦੇ ਵਿੱਚ ਖੋ ਲੈਣ ਦੇ, ਗਮ ਤੇਰੇ ਛੱਡ ਜਾਣ ਦਾ ਬਹੁਤ ਸਤਾਉਂਦਾ ਏ, ਮੈਨੂੰ ਸੱਦਰਾਂ ਵਾਲਾ ਲੀੜਾ ਹੰਝੂਆਂ ਦੇ ਨਾਲ ਧੋ ਲੈਣ ਦੇ, ਕਿ ਤੈਨੂੰ ਪਾਉਣ ਲਈ ਮੈਂ ਕੋਈ ਰਹਿਬਰ ਛੱਡਿਆ ਨਾ, ਹੱਥ ਬੰਨੇ ਹੁਣ ਮੈਨੂੰ ਇੱਕ ਦਾ ਹੋ ਲੈਣ ਦੇ, ਖੌਰੇ ਗਵਾਂ ਦੀ ਰਾਤ ਕਿਉਂ ਇੰਨੀ ਲੰਮੀ ਏ, ਤੈਨੂੰ ਚੰਨ ਸਮਝਿਆ ਮੈਨੂੰ ਟੁੱਟਿਆ ਤਾਰਾ ਹੋ ਲੈਣ ਦੇ, ਕਿ ਜਿਸਮ ਫਰੋਸ਼ੀ ਮੈਨੂੰ ਚੰਗੀ ਲੱਗਦੀ ਨਾ, ਕਿ ਜਿਸਮ ਫਰੋਸ਼ੀ ਮੈਨੂੰ ਚੰਗੀ ਲੱਗਦੀ ਨਾ, ਸੁਪਨੇ ਵਿੱਚ ਤਾਂ ਤੇਰੀਆਂ ਜ਼ੁਲਫਾਂ ਛੋਹ ਲੈਣ ਦੇ। ਆਏ ਹਾਏ ਹਾਏ ਵਾਹ, ਕੀ ਬਾਤ ਹੈ, ਆਈ ਸਹੇਲੀ ਦੀ ਯਾਦ ਆ ਗਈ। ਕਹਿੰਦੇ ਮੈਨੂੰ ਕਹਿੰਦੀ ਜੇ ਇਸ ਵਾਰ ਮਿਲੇ ਕੋਈ ਚੀਜ਼ ਦੇ ਕੇ ਜਾਈ, ਮੈਂ ਪਾ ਕੇ ਸੋਇਆ ਕਰੂੰ, ਕੋਈ ਕਮੀਜ਼ ਦੇ ਕੇ ਜਾਈ। ਸਿਮਰ ਤਰਾਹੇ ਦਾ ਗਾਣਾ ਚੇਤੇ ਆ ਗਿਆ ਯਾਰ ਮੈਨੂੰ, ਇੱਥੇ ਗਾਣਾ ਨਹੀਂ ਹੈ ਪੋਹ ਦੀ ਰਾਤ, ਨਾ ਦਲਜੀਤ ਦੋਸਾਂਝ ਦਾ, ਪੋਹ ਦੀ ਰਾਤ ਚੰਦਰੀਏ ਸ਼ੌਲ ਜਿਹੜਾ ਤੂੰ ਦੇ ਗਈ, ਹਾਂ ਮੁੰਡਾ ਅੱਜ ਵੀ ਉਹਨੂੰ ਚੁੰਮ ਕੇ ਇੱਕ ਨਾਲ ਲਾਉਂਦਾ ਹੈ। ਅਰ ਬਾਈ ਇੱਕ ਹੋਰ ਸ਼ਾਇਰੀ ਬੋਲੇਗਾ, ਬੋਲ ਦਿਓ ਬਾਈ ਫਿਰ।
ਤੇਰੇ ਆਸ਼ਕਾਂ ਮਿੱਠੀਏ ਤੈਨੂੰ ਭੁੱਲ ਤੇ ਨਹੀਂ ਸਕਦੇ, ਤੂੰ ਚਾਹ ਲਈ ਜਿਹਨੂੰ ਮਰਜ਼ੀ ਅਸੀਂ ਹੋਰ ਤੇ ਡੁੱਲ ਤੇ ਨਹੀਂ ਸਕਦੇ, ਪ੍ਰੀਤ ਦੀ ਰੂਹ ਏ ਤੂੰ ਏ ਚਾਹਤ, ਪ੍ਰੀਤ ਦੀ ਤੂੰ ਏ ਚਾਹਤ ਅਤੇ ਰੂਹ ਵੀ ਤੂੰ ਏ, ਪਰ ਤੇਰੇ ਕੋਲ ਬਹਿ ਵੀ ਨਹੀਂ ਸਕਦੇ, ਤੂੰ ਕੀ ਹੈ ਸਾਡੇ ਲਈ ਇਹ ਮੂੰਹ ਕਹਿ ਵੀ ਨਹੀਂ ਸਕਦੇ, ਤੂੰ ਕੀ ਹੈ ਸਾਡੇ ਲਈ ਇਹ ਮੂੰਹ ਕਹਿ ਵੀ ਨਹੀਂ ਸਕਦੇ। ਜੀ ਜਾਂਦੇ ਜਾਂਦੇ ਇੱਕ ਲਾਸਟ ਬਿੱਲੇ ਬਾਈ ਤੋਂ ਹੋਰ ਇੱਕ ਸ਼ਾਇਰੀ ਸੁਣਦੇ ਹਾਂ, ਬਾਅਦ 'ਚ ਕਰਦੇ ਹਾਂ ਆਪਾਂ ਆਪਣੇ ਸ਼ੋਅ ਦਾ ਖਤਮਾ। ਬਾਈ ਜੀ ਇੱਕ ਹੋਰ ਆ ਜੀ, ਕਹਿੰਦਾ ਬਾਈ ਕੰਮ ਤਾਂ ਅਸੀਂ ਵੀ ਬਹੁਤ ਸਾਰਿਆਂ ਦੇ ਕੰਮ ਤਾਂ ਅਸੀਂ ਵੀ ਸਾਰਿਆਂ ਦੇ ਆਏ, ਉਹ ਗੱਲ ਵੱਖਰੀ ਆ ਕਿ ਅੱਗੋਂ ਕਦਰ ਨਹੀਂ ਪਏ। ਦੁਨੀਆਦਾਰੀ ਵੀਰੇ ਬਹੁਤ, ਬਸ ਵੀਰੇ ਸਾਰਾ ਕੁਛ ਛੱਡ ਕੇ ਸਾਡੇ ਛਡਾ ਕੇ ਮਾੜਾ ਜਿਹਾ ਇੱਕ ਸ਼ਾਇਰੀ ਸੁਣੋ, ਉਸ ਤੋਂ ਬਾਅਦ ਇੱਕ ਹੋਰ ਸੁਣਾਉਂਦੇ ਹਾਂ ਫਿਰ ਫਾਈਨਲ। ਕਹਿੰਦੇ ਗਮਾਂ ਵਿੱਚ ਖੋਇਆਂ ਦੀ ਬੜੀ ਪੀੜ ਅਨੋਖੀ ਏ, ਅਸੀਂ ਵਿਮੁੱਲੇ ਨਗਾਂ ਜਿਹੇ ਤੂੰ ਕੀਮਤੀ ਮੋਤੀ ਏ, ਤੈਨੂੰ ਜਿੱਤਣਾ ਸੌਖਾ ਨਹੀਂ ਪਰ ਹਾਰ ਵੀ ਨਹੀਂ ਹੁੰਦਾ, ਜ਼ਿੰਦਗੀ ਤੱਕੀ ਤੇਰੇ 'ਚੋਂ ਹੁਣ ਮਰ ਵੀ ਨਹੀਂ ਹੁੰਦਾ, ਤੇਰਾ ਆਸ਼ਕ ਹਾਂ ਮੈਂ ਸੋਹਣਿਆ ਤੈਨੂੰ ਭੁੱਲ ਵੀ ਨਹੀਂ ਸਕਦਾ, ਤੇਰੇ ਬਿਨਾਂ ਮੈਂ ਸੱਜਣਾ ਕਿਸੇ 'ਤੇ ਡੁੱਲ ਵੀ ਨਹੀਂ ਸਕਦਾ, ਮਾਰੂ ਥਾਲਾਂ ਤੂੰ ਭੰਗੂ ਲਈ ਜੋ ਕਦੇ ਸਰ ਵੀ ਨਹੀਂ ਹੁੰਦਾ, ਜ਼ਿੰਦਗੀ ਤੱਕੀ ਤੇਰੇ 'ਚੋਂ ਹੁਣ ਮਰ ਵੀ ਨਹੀਂ ਹੁੰਦਾ। ਸ਼ੇਰੋ ਸ਼ਾਇਰੀ ਦਿਲ ਜਿਲੇ ਇਕੱਠੇ ਹੋਏ ਪਏ ਨੇ ਇੱਥੇ ਆਉਣੇ ਕੋਲੇ, ਆ ਰਹੇ ਹੋ ਲਾਸਟ ਆ ਰਹੀ ਹੈ ਸ਼ਾਇਰੀ। ਮਾਂ 'ਤੇ ਯਾਰ ਦਿਲੋਂ ਪਿਆਰ ਆ ਯਾਰ, ਮਾਂ ਦੇ ਵਾਸਤੇ ਸਾਰੇ ਤੁਸੀਂ ਕਰਦੇ ਹੋ, ਮੈਂ ਵੀ ਬੜਾ ਕਰਦਾ ਹੈ। ਅਤੇ ਮਾਂ ਦੇ ਉੱਤੇ ਇੱਕ ਲਾਸਟ ਸ਼ਾਇਰੀ ਲਓ ਜੀ। ਕਹਿੰਦਾ ਜ਼ਿੰਦਗੀ ਆ ਮੇਰੀ ਜਾਨ, ਦੁੱਖ ਤਾਂ ਆਉਣਗੇ, ਮਾਂ ਥੋੜ੍ਹੀ ਆ ਕਿ ਹਰ ਵੇਲੇ ਸੁੱਖੀ ਦੇਈ ਜਾਵੇ। ਆਊਟਰ ਊਟ ਗੇੜੀ ਦੇਖੋ ਬਈ, ਮਾਰੀ ਵੀਡੀਓ ਆਵਾਂਗੀ ਸਾਰਿਆਂ ਕੀ, ਠੀਕ ਆ, ਥਮੇ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਵੀ ਕਿਹੋ ਜਿਹਾ ਲੱਗਿਆ ਮਿਲ ਕੇ। ਬਾਈ ਸਾਡਾ ਬਿੱਲਾ ਜੀ, ਮੈਂ ਵੀ ਬਿੱਲਾ ਜੀ, ਠੀਕ ਹੈ, ਆਊਟਰ ਊਟ ਗੇੜੀ ਬਾਈ ਸ਼ੋਅ ਸੋਹਣਾ ਬਾਈ, ਬਹੁਤ ਮਿਹਨਤ ਕਰਦਾ ਬਾਈ, ਸਿੱਧੀ ਜਿਹੀ ਗੱਲ ਦੱਸਾਂ, ਬੜਾ ਸੋਹਣੇ ਹੁੰਦੇ ਆ ਸਾਰਿਆਂ ਨੇ ਜਾ ਕੇ ਯੂਟਿਊਬ ਚੈਨਲ ਪੰਜਾਬੀ ਡਾਕ 'ਤੇ ਸਬਸਕ੍ਰਾਈਬ ਕਰ ਲਓ, ਸਾਰੇ ਬੈੱਲ ਆਈਕਨ 'ਤੇ ਓਕੇ ਕਰੋ, ਕਮੈਂਟ ਕਰ ਦਿਓ, ਸਾਨੂੰ ਵੀ ਦੱਸਿਓ ਵੀ ਸ਼ਾਇਰੀਆਂ ਕਿਵੇਂ ਦੀ ਲੱਗਿਆ। ਇਹ ਦੇਖੋ ਬਾਈ ਆਪਣੇ ਪੁਆਧ ਵਾਲੇ ਭਾਈਆਂ ਨੂੰ, ਸਾਰਿਆਂ ਨੂੰ ਬੇਨਤੀ ਆ ਭਾਈਆਂ ਭੈਣਾਂ ਨੂੰ ਵੀ ਸਾਰੇ ਸ਼ੇਅਰ ਕਰਿਓ।